ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਜੀ ਸਾਰਿਆਂ ਦੇ। ਸੋ ਬਾਬੇ ਉਹ ਅੱਜ ਤੁਸੀਂ ਕਹਿਣਾ ਇਹ ਸਾਡਾ ਗੇਮਾਂ ਹੀ ਪਾਉਂਦਾ ਰਹਿੰਦਾ, ਪਤਾ ਨਹੀਂ ਕਦੇ ਟਿਕਾ ਨਹੀਂ ਹੈਗਾ ਇਹਨੂੰ, ਕੀ ਕਰਦਾ ਰਹਿੰਦਾ। ਸੋ ਅੱਜ ਕਿੱਦਾਂ ਦੱਸਾਂ, ਅੱਜ ਆਪਾਂ ਬਾਬੇ 48 ਵੇਚਤਾ ਆਪਣਾ, ਆਹ ਜਿਹੜਾ ਖੜਾ ਆਪਣਾ 48 ਇਹ ਟਰਾਲਾ ਆਪਾਂ ਵੇਚਤਾ ਆ, ਅਤੇ ਡੀਲ ਆਪਣੀ ਪਿਛਲੇ ਵੀਕ ਹੋ ਗਈ ਸੀਗੀ, ਅਤੇ ਅੱਜ ਵੀਰ ਜੀ ਨੇ ਬਾਏ ਕੀਤਾ ਹੈਗਾ ਟਰਾਲਾ, ਅਤੇ ਉਹ ਟਰਾਲਾ ਚੱਕਣ ਆ ਰਿਹਾ ਅੱਜ, ਅਤੇ ਅੱਜ ਇਹਦਾ ਆਪਣੀ ਯਾਰਡ ਦੇ ਵਿੱਚ ਆਖਰੀ ਦਿਨ ਆ ਇਸ ਟਰਾਲੇ ਦਾ। ਅਤੇ ਆ ਇੱਧਰ ਆਪਣਾ ਹੈਗਾ ਰੈਂਟਲ ਜਿਹੜਾ ਆ, ਮੈਨੂੰ 2-3 ਬਾਈਆਂ ਨੇ ਪੁੱਛਿਆ ਸੀਗਾ ਵੀ ਰੈਂਟ ਕਿੰਨਾ ਕੁ ਚੱਲਦਾ ਟਰਾਲੇ ਦਾ, ਰੀਫਰ ਦਾ। ਰੀਫਰ ਦਾ ਰੈਂਟ ਵੀਰੇ ਚੱਲਦਾ ਹੈਗਾ ਆ ਆਪਣੇ ਟਰਾਲੇ ਦੀ ਹਾਲਤ ਅਤੇ ਈਅਰ ਦੇ ਹਿਸਾਬ ਨਾਲ। ਜਿਹੜੇ ਬ੍ਰੈਂਡ ਨਿਊ ਟਰਾਲੇ, ਜੇ ਤੁਸੀਂ ਕਿਸੇ ਦਾ ਬ੍ਰੈਂਡ ਨਿਊ ਟਰਾਲਾ 19 ਮਾਡਲ, 20 ਮਾਡਲ, 21 ਮਾਡਲ ਟਰਾਲਾ ਲੈਣਾ ਹੈਗਾ ਰੈਂਟ 'ਤੇ, ਉਹ ਟਰਾਲੇ ਤੁਹਾਨੂੰ ਮਿਲ ਜਾਣਗੇ ਕੋਈ 1500-1600 ਦੀ ਰੇਂਜ 'ਚ। ਜਿਹੜੇ 1500-1600 ਮਾਡਲ ਟਰਾਲੇ ਹੈਗੇ ਆ, ਉਹ ਜਿੱਦਾਂ 1200-1300 ਦੀ ਰੇਂਜ 'ਚ ਮਿਲ ਜਾਂਦੇ ਹੈਗੇ ਟਰਾਲੇ। ਅਤੇ ਇਹ ਹੈਗਾ ਜੀ ਆਪਣਾ ਟਰਾਲਿਆਂ ਦਾ ਰੈਂਟ, ਅਤੇ ਆਪਣਾ ਆਹ ਹੈਗਾ ਜੀ 48 ਜਿਹੜਾ ਤੁਹਾਨੂੰ ਪਤਾ ਹੀ ਆ, ਇਹਨੂੰ ਹੋ ਗਿਆ ਸੀਗਾ ਯਾਰਡ 'ਚ ਖੜੇ ਨੂੰ 1.5 ਮਹੀਨਾ ਹੁਣ, ਅਤੇ ਫਾਈਨਲੀ ਆਪਣੀ ਡੀਲ ਹੋ ਗਈ ਵੀਰ ਦੀ ਯੂਨੀਵਰਸਿਟੀ ਤੋਂ ਨੇ, ਅਤੇ ਉਹ ਬਾਈ ਆ ਜਾ ਰਿਹਾ ਚੱਕਣ ਇਹਨੂੰ ਹੁਣ, ਅਤੇ ਰੱਬ ਤੁਹਾਡਾ ਭਲਾ ਕਰੇ। ਹੁਣ ਅੱਜ ਆਪਾਂ ਇਹਨੂੰ ਵੀ ਬਾਏ ਬਾਏ ਬੋਲ ਦੇਣਾ ਆ, ਇਹਨੂੰ ਹੁਣ ਆਪਾਂ ਮਾੜਾ ਜਿਹਾ ਮੈਂ ਫਾਈਨਲ ਟੱਚ ਜਿਹਾ ਦੇਣਾ ਆਇਆ ਸੀਗਾ ਇਹਨੂੰ, ਮੈਂ ਕਿਹਾ ਚੱਲ ਇੱਕ ਵਾਰ ਵੀ ਟਰਾਲਾ ਦੇਣਾ ਆ ਅਤੇ ਵੀਰ ਨੂੰ, ਅਤੇ ਉਹ ਤੋਂ ਪਹਿਲਾਂ ਆਪਾਂ ਇੱਕ ਵਾਰ ਇਹਨੂੰ ਸਾਰਾ ਦੇਖ ਲਈਏ ਟਿਚਣ ਪਿਚਣਾ ਕੰਮ, ਅਤੇ ਹੁਣ ਆਪਾਂ ਇੱਕ ਵਾਰੀ ਆਹ ਰੀਫਰ ਸਟਾਰਟ ਕਰਕੇ ਦੇਖਣਾ ਆ। ਬਾਕੀ ਮੈਂ ਟਰਾਲਾ ਕਹਿ ਲਓ ਵੀ ਜੋ ਵੀ ਹੈਗੇ ਨਿੱਕੇ ਨਿੱਕੇ ਕੰਮ, ਉਹ ਸਾਰੇ ਸੈੱਟ ਕਰਾ ਕੇ ਖੜਾ ਕੀਤਾ ਸੀਗਾ ਟਰਾਲਾ। ਬਾਕੀ ਇਹ ਤੁਹਾਨੂੰ ਪਤਾ ਹੀ ਆ ਵੀ ਓਨਰ ਓਪਰੇਟਰ ਦੇ ਹੱਥ ਚੱਲੇ ਉਹ ਟਰਾਲੇ, ਜਿਹੜੇ ਤੁਹਾਨੂੰ ਪਤਾ ਹੀ ਆ ਵੀ ਉਹ ਸਾਫ਼ ਹੀ ਹੁੰਦੇ ਆ। ਅਤੇ ਰੀਫਰ ਔਨ ਕਰ ਲਿਆ ਮੈਂ ਹੁਣ, ਆਹ ਆਪਣੀ ਘੋੜੀ ਖੜੀ ਹੈ ਦੂਜੀ ਸੰਤਰੀ ਰੰਗ ਦੀ, ਇਹਦੇ ਵੀ ਥੋੜ੍ਹੇ ਦਿਨ ਹੀ ਆ ਮੈਨੂੰ ਲੱਗਦਾ, ਹੁਣ ਇਹ ਵੀ ਆਪਾਂ ਕੱਢ ਕੇ ਅਤੇ ਗੱਡੀ ਹੋਰ ਲਿਆਉਣੀ ਆ। ਬਾਕੀ ਦੇ ਕਿੱਦਾਂ ਹੁੰਦੀ ਆ, ਮਤਲਬ ਕਿ ਹੁਣ ਮੂਡ ਜਿਹਾ ਹੈਗਾ ਆ ਮੈਨੂੰ, ਨਾ ਹਾਲਾ ਟਿਕਾ ਨਹੀਂ ਹੈਗਾ ਯਾਰ, ਹੋਰ ਕੋਈ ਚੱਕਰ ਨਹੀਂ। ਟਰੱਕ ਮੈਂ ਧੋਤਾ ਨਹੀਂ ਕੱਲ੍ਹ ਵੀ, ਕੱਲ੍ਹ ਮੈਂ ਆਉਣ ਡਿਆ ਸੀਗਾ ਅਤੇ ਵਾਰਸ ਤੋਂ ਆ ਕੇ ਮੈਂ ਟਰੱਕ ਧੋਣਾ ਸੀਗਾ, ਅਤੇ ਉੱਥੇ ਆਪਣੇ ਇੱਕ ਬਾਈ ਜੀ ਦਾ ਮਿੱਤਰ ਆਪਣੇ ਦਾ ਟਰੱਕ ਖਰਾਬ ਹੋਇਆ ਸੀਗਾ, ਮੈਂ ਉੱਥੇ ਖੜ ਗਿਆ। ਮੈਂ ਕਿਹਾ ਚਲੋ ਗਰਮੀ ਬਹੁਤ ਸੀਗੀ, ਮੈਂ ਤਾਂ ਖੜ ਗਿਆ, ਮੈਂ ਕਿਹਾ ਚੱਲ ਬਾਈ ਨੂੰ ਕਹਿੰਦਾ ਵੀ ਜੇ 5 ਮਿੰਟ ਬਹਿਣਾ ਟਰੱਕ 'ਚ ਬਹਿ ਜਾ। ਸਾਰੀ ਦਿਹਾੜੀ ਕੱਲ੍ਹ ਬਾਈ ਉਹ 115°, 20° ਟੈਂਪਰੇਚਰ 'ਚ ਖੜਾ ਰਿਹਾ ਕੈਲੀਫੋਰਨੀਆ, ਅਤੇ ਮੈਨੂੰ ਦੱਸੇ ਬਾਈ ਕਹਿੰਦਾ ਵੀ ਟਰਾਲੇ ਥੱਲੇ ਲੰਮਾ ਪਿਆ ਸੀਗਾ ਹੈ ਨਾ, ਫੋਨ ਗਰਮ ਹੋ ਗਿਆ, ਫੋਨ ਚਾਰਜ ਹੋ ਗਏ, ਉਹਦਾ ਕੂਲੈਂਟ ਨਿਕਲ ਗਿਆ ਸੀਗਾ, ਰੇਡੀਏਟਰ ਪਾੜ ਗਿਆ ਸੀਗਾ ਗਰਮੀ ਜ਼ਿਆਦਾ ਹੋਣ ਕਰਕੇ, ਅਤੇ ਕੂਲੈਂਟ ਨਿਕਲ ਗਿਆ ਸੀ ਉਹਦਾ, ਅਤੇ ਤਾਂ ਕਰਕੇ ਆਹ ਲੱਗਾ ਹੁਣ ਰੀਫਰ ਸਟਾਰਟ। ਹੋ ਜਾ ਹੋ ਜਾ ਬਈ, ਨਵੇਂ ਘਰ ਜਾਣਾ ਤੂੰ ਅੱਜ, ਅੰਦਰਲਾ ਟੈਂਪਰੇਚਰ 109°, ਸ਼ੋ ਕਰਨ ਡਿਆ 109°। ਹੁਣ ਇਹਨੇ ਰਾਡ ਚੱਕ ਲੈਣਾ ਆ, ਇਹ ਪਹਿਲਾਂ ਦਾ ਨਾ ਜਦੋਂ ਸਟਾਰਟ ਹੁੰਦਾ ਆ ਉਸਲੇ 20-25 ਸੈਕਿੰਡ 30 ਸੈਕਿੰਡ ਇਹ ਚੱਲਦਾ ਹੈਗਾ ਆ ਆਈਡਲ, ਜਿੱਦਾਂ ਕਹਿ ਲਓ ਵੀ ਟਰੱਕ ਨੂੰ ਆਪਾਂ ਆਈਡਲ ਕਰੀਦਾ ਉੱਦਾਂ ਚੱਲਦਾ ਆ। ਮੁੜ ਕੇ ਫਿਰ ਪਾ ਲੈਂਦਾ ਟੋਪ ਗੇਅਰ, ਫਿਰ ਰੀਫਰ ਆਪਣਾ ਆਪਣਾ ਨਹੀਂ, ਮਤਲਬ ਕਿ ਸਾਰੇ ਜਿੱਦਾਂ ਮਾੜਾ ਜਿਹਾ ਤੇਲ ਤੂਲ ਜਿਹਾ ਸੈੱਟ ਕਰਕੇ ਆਪਣਾ ਹਿਸਾਬ ਜਿਹਾ ਸੈਂਸਰ ਸੁੰਸਰ ਜਿਹਾ ਦੇਖ ਕੇ ਫਿਰ ਪੱਟਦਾ, ਫਿਰ ਚੰਗਿਆੜੇ ਕੱਢਦਾ ਪੂਰੇ ਇਹ ਰੀਫਰ ਜਿਹੜੇ ਆ। ਹੁਣ ਇਹ ਹੁਣੀ ਇਹਨੇ ਰੇਸਾਂ ਚੱਕ ਲੈਣੀਆਂ ਥੋੜ੍ਹੇ ਚਿਰ 'ਚ, 110 ਸ਼ੋ ਕਰਨ ਡਿਆ ਹੁਣ ਰੀਫਰ ਕੰਪਿਊਟਰ, ਅਤੇ ਅੱਜ ਮੈਂ ਕਿਹਾ ਚਲੋ ਹੁਣ ਜਾਣਾ ਇਹਨੇ ਰੀਫਰ ਨੇ, ਅਤੇ ਉਹਦੇ ਹਿਸਾਬ ਨਾਲ ਆਪਾਂ ਮੈਂ ਕਹਿੰਦਾ ਵੀ ਆਪਾਂ ਜਿਹੜੀ ਵੀਡੀਓ ਬਣਾਉਣੀ ਸੀਗੀ, ਮੈਨੂੰ ਬਾਈ ਕਹਿੰਦੇ ਸੀਗੇ ਵੀ ਵੀਡੀਓ ਬਣਾਇਓ ਵੀ 48 ਦਾ ਅਤੇ 53 ਫੁੱਟ ਦਾ ਕੰਪੈਰੀਜ਼ਨ ਕਰਨਾ ਜਿਹੜਾ, ਮੈਂ ਕਿਹਾ ਚੱਲ ਹੁਣ ਜਾਂਦੇ ਜਾਂਦੇ ਤਾਂ ਕਹਿੰਦੇ ਵੀ ਜਾਂਦੇ ਚੋਰ ਦੀ ਲੰਗੋਟੀ ਸਹੀ, ਹੁਣ ਜਾਂਦੇ ਜਾਂਦੇ ਦਾ ਕੰਪੈਰੀਜ਼ਨ ਕਰਦੇ, ਗਰਮੀ ਬਹੁਤ ਆ, ਦਿਲ ਮੇਰਾ ਨਹੀਂ ਕਰਨ ਡਿਆ, ਮੈਂ ਗੱਡੀ 'ਚ ਆ ਕੇ ਬੈਠਾ ਰਿਹਾ ਕਿੰਨਾ ਚਿਰ ਹੋ ਗਿਆ ਮੈਨੂੰ, ਅਤੇ ਮੈਂ ਗੱਡੀ ਇਹਦੇ ਲਾ ਕੇ ਗੱਡੀ AC ਚਲਾ ਕੇ ਬੈਠਾ ਰਿਹਾ, 1.5 ਘੰਟੇ ਹੀ ਹੋ ਗਏ ਸੀ ਅੰਦਰ ਮੈਨੂੰ। ਹੁਣ ਮੈਂ ਕਿਹਾ ਚੱਲ ਯਾਰ ਇੱਦਾਂ ਗੱਲ ਨਹੀਂ ਬਣਨੀ, ਅਤੇ ਜਿਹੜਾ ਕੰਮ ਕਰਨਾ ਆ ਉਹ ਕਰੀਏ, ਅਤੇ ਫਿਰ ਚਲੀਏ ਘਰ ਨੂੰ। ਪਸੀਨਾ ਸੀ ਨਾ, ਪਸੀਨਾ ਆਉਣ ਡਿਆ ਮਾੜਾ ਮਾੜਾ, ਗਰਮੀ ਹੈਗੀ ਬਹੁਤ ਹੈ ਇੱਥੇ ਵੀ। ਸੋ ਬਾਬੇ ਉਹ ਆਪਾਂ ਜੇ ਕਰੀਏ ਕੰਪੈਰੀਜ਼ਨ, ਪਹਿਲੇ ਨੰਬਰ 'ਤੇ ਤਾਂ ਮੇਨ ਕੰਪੈਰੀਜ਼ਨ ਇਹਨਾਂ ਦਾ ਮੇਨ ਫਰਕ ਇਹਦਾ ਹੈਗਾ ਹੀ ਆ ਵੀ 48 ਟਰਾਲਾ ਜਿਹੜਾ ਆ, 48 ਇਹਨੂੰ ਤਾਂ ਕਹਿੰਦੇ ਆ, ਇਹਦੀ ਜਿਹੜੀ ਲੈਂਥ ਆ 48 ਫੁੱਟ ਆ, 48 ਫੁੱਟ ਲੈਂਥ ਆ ਇਹਦੀ, ਅਤੇ ਆਹ ਜਿਹੜਾ ਹੈਗਾ ਆ ਜਿੱਦਾਂ 53 ਫੁੱਟ ਆ, ਇਹਨੂੰ 53 ਫੁੱਟ ਤਾਂ ਹੀ ਕਹਿੰਦੇ ਆ ਓਬਵੀਅਸਲੀ, ਵੀ ਇਹਦੀ ਲੈਂਥ ਜਿਹੜੀ ਆ 53 ਫੁੱਟ ਆ। ਮਤਲਬ ਕਿ ਜੀ ਇਹ ਜਿਹੜਾ ਟਰਾਲਾ ਆ ਚਿੱਟਾ, ਇਹਦੇ ਨਾਲੋਂ 5 ਫੁੱਟ ਵੱਡਾ ਟਰਾਲਾ,
5 ਫੁੱਟ ਵੱਡਾ ਹੋਣ ਉਹ ਚੱਕਦੇ ਕਿ ਨਹੀਂ ਚੱਕਦੀ ਕਿ ਨਹੀਂ ਰੇਤ ਪਾਤਾ ਕਿ ਨਹੀਂ ਟਾਪ ਗੇਅਰ ਉਹਨੇ ਸੋ 5 ਫੁੱਟ ਵੱਡਾ ਹੋਣ ਦੇ ਨਾਲ ਬਹੁਤ ਫਰਕ ਪੈ ਜਾਂਦਾ ਆ ਉਹ ਫਰਕ ਇਹ ਪੈਂਦਾ ਵੀ ਇੱਕ ਤਾਂ ਆ ਲੈ ਆ ਮਗਰ ਲੋਕ ਲੱਗਿਆ ਹੁਣ ਬਾਈ ਇੱਦੀ ਲੈ ਕੇ ਜਾਊ ਮੈਂ ਤਾਂ ਲਾਉਣਾ ਨਹੀਂ ਆਪਣਾ ਵੀਰ ਆਪ ਹੀ ਲਊਗਾ ਹੁਣ ਅੱਛਾ ਸੱਚ ਮੈਂ ਪਲੇਟਾਂ ਵੀ ਲਾਉਣੀ ਆਪਣੀ ਚੇਤਾ ਆ ਗਿਆ ਕਿਉਂ ਪਲੇਟ ਇਹ ਮੇਰੀ ਆ ਅਤੇ ਮੈਨੂੰ ਲੱਗਦਾ ਮੈਨੂੰ ਲਾਉਣੀ ਪੈਣੀ ਆ ਪਲੇਟ ਸੋ 48 ਦਾ ਫਰਕ 53 ਫੁੱਟੇ ਨਾਲੋਂ ਇਹ ਆ ਪਹਿਲੇ ਨੰਬਰ 'ਤੇ ਤਾਂ ਇਹਦੇ ਵਿੱਚ ਲੋਡ 48 'ਚ ਘੱਟ ਆਉਂਦਾ ਸਾਈਡਵੇਜ਼ ਪੈਲਟ ਜਿਹੜੇ ਆ 53 ਫੁੱਟੇ ਦੇ ਵਿੱਚ ਆਉਂਦੇ ਆ 30 ਅਤੇ 48 ਦੇ ਵਿੱਚ ਆਉਂਦੇ 28 ਮਤਲਬ ਕਿ ਲੋਡ ਘੱਟ ਜਾਂਦਾ ਆ ਉਹਦੇ ਕਰਕੇ ਇਹਦਾ ਥੋੜ੍ਹਾ ਜਿਹਾ ਚੱਕਰ ਪੈ ਜਾਂਦਾ ਉੱਤੋਂ ਤੁਸੀਂ ਦੇਖ ਰਹੇ ਹਾਂ ਵੀ ਆਹ ਜਿਹੜਾ ਹੈਗਾ ਆ ਜਿਹੜੇ ਐਕਸਲ ਆ ਦੋਨੇ ਇਕੱਠੇ ਆ ਆਪਣੇ ਵੀਰ ਦੇ ਐਕਸਲ ਜਿਹੜੇ ਹੈਗੇ ਆ ਇਕੱਲੇ ਇਕੱਲੇ ਆ ਇਹਨੂੰ ਕਹਿੰਦੇ ਆ ਟੈਂਡਮ ਅਤੇ ਆਹ ਜਿਹੜਾ ਹੈਗਾ ਇਹਨੂੰ ਕਹਿੰਦੇ ਸਪਰੈਡ ਐਕਸਲ ਇਹ ਸਪਰੈਡ ਦਾ ਫਾਇਦਾ ਇਹ ਆ ਇੱਕ ਤਾਂ 48 ਫੁੱਟ ਆ ਟਰਾਲਾ ਇਹਦੇ ਵਿੱਚ ਲੋਡ ਦਾ ਚੱਕਰ ਪੈ ਜਾਂਦਾ ਅਤੇ ਸਪਰੈਡ ਦਾ ਫਾਇਦਾ ਇਹ ਆ 3 ਫੁੱਟ 2 ਇੰਚ ਸਪਰੈਡ ਦੀ ਲੈਂਥ ਹੈ ਇਹਦੀ ਆਪਣੀ ਦੂਰੀ ਇੱਧਰ ਪਹਿਲੇ ਐਕਸਲ ਤੋਂ ਲੈ ਕੇ ਦੂਜੇ ਐਕਸਲ ਤੱਕ 3 ਫੁੱਟ 2 ਇੰਚ ਦੂਰੀ ਹੈ ਇਹਦੀ ਅਤੇ ਇਹਦਾ ਫਾਇਦਾ ਇਹ ਆ ਆਪਾਂ ਜਿੱਦਾਂ ਤੁਹਾਨੂੰ ਪਤਾ ਹੀ ਹੋਣਾ ਲੋਡ ਦੀ ਰੇਸ਼ੋ ਜਿਹੜੀ ਹੁੰਦੀ ਆ 12:34:34 ਜਿੱਦਾਂ ਹੁਣ ਆਹ ਜਿਹੜਾ ਸੈਟਅਪ ਖੜ੍ਹਾ ਆਪਣਾ 53 ਫੁੱਟ ਟਰਾਲਾ ਟੈਂਡਮ ਅਤੇ ਮੂਹਰੇ ਆਪਣਾ ਘੋੜਾ ਉਹਦੇ ਵਿੱਚ ਹੁੰਦੀ ਆ ਲੋਡ ਦੀ ਰੇਸ਼ੋ ਹੁੰਦੀ ਆ ਮੂਹਰੇ ਐਕਸਲ 'ਤੇ 12,000 ਮਗਰ 34,000 ਇੱਥੇ 34,000 ਮਤਲਬ ਕਿ 80,000 ਹੋ ਜਾਂਦੀ 34-34 ਹੋ ਜਾਂਦਾ ਆਪਣਾ 68 12,000 ਮੂਹਰੇ 80,000 ਅਤੇ 48 ਦੇ ਵਿੱਚ ਹੁੰਦਾ ਕੀ ਆ ਮਤਲਬ ਕਿ ਚੱਕਣਾ ਤਾਂ ਆਪਾਂ 80,000 ਹੀ ਇਹਦੇ ਵਿੱਚ ਵੀ ਪਰ ਇਹਦੇ ਵਿੱਚ ਮਗਰਲੇ ਐਕਸਲ ਦੇ ਉੱਤੇ ਆਪਾਂ 40,000 ਚੱਕ ਸਕਦੇ ਹਾਂ ਇੰਸਟੈਡ ਆਫ 34 ਇੱਥੇ 34 ਚੱਕ ਸਕਦੇ 34 ਤੋਂ ਉੱਤੇ 100 ਪਾਉਂਡ ਵੀ ਗਿਆ ਇਹ ਇਲੀਗਲ ਆ ਜਿਹੜਾ ਸਪਰੈਡ ਐਕਸਲ ਆ ਉਹ ਜਿਹੜਾ ਆਪਾਂ 40,000 ਪਾਉਂਡ ਚੱਕ ਸਕਦੇ ਹਾਂ ਉਸ ਐਕਸਲ 'ਤੇ ਅਤੇ ਮਤਲਬ ਕਿ 40,000 ਮੂਹਰੇ ਚੱਕ ਲਿਆ ਮੂਹਰੇ ਆਪਣਾ ਮਗਰ ਚੱਕ ਲਿਆ ਮੂਹਰੇ 12,000 ਟਰੈਕਟਰ 'ਤੇ ਹੋ ਗਿਆ ਮਤਲਬ ਕਿ ਆ ਗਿਆ ਜੀ ਆਪਣਾ 52,000 ਮਗਰ ਰਹਿ ਗਿਆ 28,000 ਆਪਾਂ ਟਰੈਕਟਰ ਦੇ ਟਾਇਰਾਂ 'ਤੇ 28,000 ਚੱਕ ਸਕਦੇ ਹਾਂ ਅਤੇ ਆਪਣਾ ਟਰੱਕ ਜਿਹੜਾ ਲੀਗਲ ਹੋਊਗਾ ਉਸ ਤੋਂ ਬਾਅਦ ਹੋਰ ਦੂਜਾ ਇਹਨਾਂ ਦਾ ਫਰਕ ਮੇਨ ਫਰਕ ਆਹੀ ਹੈ ਇਹਨਾਂ ਦਾ ਉੱਤੋਂ ਆਹ ਹੁਣ ਹੈਗਾ ਸਟੇਨਲੈਸ ਆਪਣਾ ਸਟੇਨਲੈਸ ਸਟੀਲ ਕਹਿ ਦਿੰਦੇ ਇਹਨੂੰ ਕਰੋਮ ਦਾ ਟਰਾਲਾ ਜਿਹੜਾ ਕਹਿਣਾ ਆ ਉਹ ਹੋ ਜਾਂਦਾ ਹੈਗਾ ਮਤਲਬ ਕਿ ਜਿਹਨਾਂ ਨੂੰ ਪਤਾ ਨਹੀਂ ਉਹ ਬੰਦੇ ਕਹਿੰਦੇ ਕਰੋਮ ਦਾ ਟਰਾਲਾ ਇਹ ਕਰੋਮ ਟਰਾਲਾ ਨਹੀਂ ਹੁੰਦਾ ਇਹਨੂੰ ਕਹਿੰਦੇ ਸਟੇਨਲੈਸ ਸਟੀਲ ਅਤੇ ਆਪਣੇ ਗੋਰੇ ਤਾਂ ਜਿਹੜੇ ਹੈਗੇ ਆ ਨਾ ਉਹ ਤਾਂ ਇਹਦੀ ਇੱਕ ਕਹਾਵਤ ਆ ਉਹ ਕਹਿੰਦੇ ਹੁੰਦੇ ਆ ਇੱਕ ਮਿੰਟ ਰੁਕ ਕੇ ਮੈਂ ਡੋਰ ਬੰਦ ਕਰ ਲਾਂ ਨਾਲੇ ਰੀਫਰ ਬੰਦ ਕਰ ਦਈਏ ਕਿਉਂਕਿ ਆਵਾਜ਼ ਹੀ ਆਉਂਦੀ ਆ ਰੀਫਰ ਆਪਾਂ ਚਲਾ ਕੇ ਦੇਖਣਾ ਜੀ ਚੈੱਕ ਕਰ ਲਿਆ ਰੀਫਰ ਵਧੀਆ ਚੱਲਦਾ ਅਤੇ ਇੱਕ ਮਿੰਟ ਮੈਨੂੰ ਰੀਫਰ ਬੰਦ ਕਰ ਲੈਣਾ ਫਿਰ ਗੱਲ ਕਰਦੇ ਆਪਾਂ ਬੈਕ ਵੀ ਫੁੱਲ ਹੀ ਆਉਣ ਓਕੇ ਸੋ ਜਿਹੜੀ ਗੋਰਿਆਂ ਦੀ ਕਹਾਵਤ ਆ ਸਟੇਨਲੈਸ ਸਟੀਲ ਟਰਾਲੇ ਬਾਰੇ ਉਹ ਕਹਿੰਦੇ ਹੁੰਦੇ ਆ ਸਟੇਨਲੈਸ ਸਟੀਲ ਸੈਕਸ ਅਪੀਲ ਉਹ ਕਹਿੰਦੇ ਹੁੰਦੇ ਗੋਰਿਆਂ ਦੀ ਕਹਾਵਤ ਆ ਇਹ ਜਿੱਦਾਂ ਆਪਾਂ ਇੰਡੀਆ 'ਚ ਖਾਣਾ ਕਹਿ ਦਿੰਦੇ ਹਾਂ ਫਰੇਜ਼ ਕਹਿ ਦਿੰਦੇ ਹਾਂ ਅਤੇ ਉਹ ਗੱਲ ਆ ਜਿੱਦਾਂ ਗੋਰੇ ਕਹਿੰਦੇ ਹੁੰਦੇ ਆ ਸਟੇਨਲੈਸ ਸਟੀਲ ਸੈਕਸ ਅਪੀਲ ਅਤੇ ਇੱਧਰ ਆ ਗ੍ਰੇਡਨ ਦਾ ਟਰਾਲਾ ਖੜ੍ਹਾ ਆ ਜਿਹੜਾ ਇਹਨੂੰ ਕਹਿ ਦਿੰਦੇ ਆ ਗ੍ਰੇਡਨ ਚਿਕਨ ਟ੍ਰੇਨ ਇੱਦਾਂ ਕਹਿ ਦਿੰਦੇ ਇਹਨੂੰ ਹੁਣ ਆਪਾਂ ਟਰੱਕਾਂ ਨੂੰ ਆਪਣਿਆਂ ਨੂੰ ਪ੍ਰੋਡਿਊਸ ਟ੍ਰੇਨ ਵੀ ਕਹਿ ਲੈਂਦੇ ਹਾਂ ਚਿਕਨ ਟ੍ਰੇਨ ਵੀ ਕਹਿ ਲੈਂਦੇ ਹਾਂ ਹੈ ਨਾ ਲਾਰਜ ਕਾਰ ਵੀ ਕਹਿ ਲੈਂਦੇ ਹਾਂ ਅਤੇ ਲੌਂਗ ਨੋਜ਼ ਕਹਿ ਲੈਂਦੇ ਹਾਂ ਇਹਨਾਂ ਟਰੱਕਾਂ ਨੂੰ ਆਪਾਂ ਮਤਲਬ ਕਿ ਕਈ ਕੁਛ ਹੀ ਆ ਕਈ ਗੱਲਾਂ ਨੇ ਜਿਹੜੀਆਂ ਆਪਾਂ ਨਿੱਕੀਆਂ ਨਿੱਕੀਆਂ ਹੈ ਨਾ ਉਹ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਹੁਣ ਜਿੱਦਾਂ ਜਿਹੜੀਆਂ ਲਾਈਟਾਂ ਲੱਗੀਆਂ ਇਹਨਾਂ ਨੂੰ ਚਿਕਨ ਲਾਈਟਾਂ ਕਹਿੰਦੇ ਆ ਜਾਂ ਮਤਲਬ ਕਿ ਇਹ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਗੋਰੇ ਜਿਹੜੇ ਆ ਇੱਕ ਦੂਜੇ ਨੂੰ ਗੱਲਾਂ ਕਰਦੇ ਹੁੰਦੇ ਸੀ ਵੀ ਅਤੇ ਉਹ ਗੱਲਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਇਹ ਮਤਲਬ ਮੈਨੂੰ ਖੁਦ ਨੂੰ ਨਹੀਂ ਇੰਨੀਆਂ ਪਤਾ ਅਤੇ ਹੁਣ ਜਿਹੜੇ CV ਦੇ ਉੱਤੇ ਸਲੈਂਗ ਜਿਹੜੀਆਂ ਹੈਗੀਆਂ ਆ ਉਹ ਮੈਨੂੰ ਪਤਾ ਨਹੀਂ ਹੈਗਾ ਅਤੇ ਉਹ ਪਰ ਮੈਂ ਫਿਰ ਗੂਗਲ ਕਰਕੇ ਦੇਖੀਆਂ ਫਿਰ ਮੈਨੂੰ ਪਤਾ ਲੱਗਾ ਕਈ ਵਾਰੀ ਗੋਰੇ ਗੋਰੇ ਕੁਛ ਦੱਸਦੇ ਆ ਤੁਹਾਨੂੰ ਅਤੇ ਉਹ ਜਿਹੜੀਆਂ ਸਲੈਂਗ ਦੇ ਵਿੱਚ ਦੱਸਦੇ ਆ ਅਤੇ ਉਹ ਤੁਹਾਨੂੰ ਜੇ ਸਲੈਂਗ ਨਹੀਂ ਪਤਾ ਤੁਹਾਨੂੰ ਸਮਝ ਨਹੀਂ ਲੱਗਣੀ ਹੈ ਨਾ ਜਿੱਦਾਂ ਹੁਣ ਕਹਿ ਲਓ ਵੀ ਕੋਈ ਮੋਟਰਸਾਈਕਲ ਰਾਈਡਰ ਹੈਗਾ ਬਿਨਾਂ ਹੈਲਮਟ ਤੋਂ ਤੁਰੇ ਜਾ ਰਿਹਾ ਆ ਆਪਣਾ ਫ੍ਰੀਵੇ ਦੇ ਉੱਤੇ ਬਿਨਾਂ ਹੈਲਮਟ ਤੋਂ ਜਾ ਰਿਹਾ ਉਹਨੂੰ ਉਹ ਕਹਿ ਦਿੰਦੇ ਆ ਆਰਗਨ ਡੋਨਰ ਮਤਲਬ ਕਿ ਮਜ਼ਾਕ ਉਡਾਉਂਦੇ ਆ ਕਹਿ ਲਓ ਇਹ ਹੈਲਮਟ ਨਹੀਂ ਪਾਇਆ ਸੇਫਟੀ ਨਹੀਂ ਹੈਗੀ ਫ੍ਰੀਵੇ ਦੇ ਉੱਤੇ ਅਤੇ ਇੱਦਾਂ ਅਤੇ ਪੁਰਾਣੀਆਂ ਜਿਹੜੀਆਂ ਫਿਲਮਾਂ ਹੈਗੀਆਂ ਨੇ ਗੋਰਿਆਂ ਦੀਆਂ ਟਰੈਕਿੰਗ ਦੇ ਰਿਲੇਟਡ ਮੈਕਸੀਮਮ ਓਵਰ ਡਰਾਈਵ ਹੋ ਗਈ
ਸਮੋਕੀ ਐਂਡ ਬੈਂਡਿਟ ਹੋ ਗਈ ਹੈ ਨਾ, ਇਹ ਜਿਹੜੀਆਂ ਮੂਵੀਆਂ ਬਹੁਤ ਵਧੀਆ ਦੇਖਣ ਵਾਲੀਆਂ ਮੂਵੀਆਂ ਨੇ, ਉਹ ਜ਼ਰੂਰ ਦੇਖਿਓ ਜਦੋਂ ਵੀ ਤੁਹਾਡਾ ਟਾਈਮ ਲੱਗਾ। ਅਤੇ ਉਹ ਤੋਂ ਬਾਅਦ ਹੁਣ ਜੇ ਫਰਕ ਦੀ ਗੱਲ ਕਰੀਏ ਆਪਾਂ, ਹੁਣ ਇਹਦੇ ਵਿੱਚ ਆਹ ਟਰਾਲੇ ਦੇ ਵਿੱਚ ਕਿੰਗ ਪਿੰਨ ਆਪਣੀ ਆ ਜਾਂਦੀ ਹੈਗੀ ਆ 36 ਇੰਚ ਜਾਂ 40 ਇੰਚ, ਮਤਲਬ ਕਿ ਮੋਹਰਿਓ ਲੈ ਕੇ ਕਿੰਗ ਪਿੰਨ ਜਿਹੜੀ ਆ ਮਗਰ ਨੂੰ 36 ਇੰਚ ਹੋ ਜਾਂਦੀ ਆ। ਉਹਦੇ ਨਾਲ ਕੀ ਹੁੰਦਾ, ਤੁਹਾਡਾ ਟਰੱਕ ਜਿਹੜਾ ਆ ਆਪਣਾ ਟਰੱਕ ਜਿਹੜਾ ਜ਼ਿਆਦਾ ਥੱਲੇ ਆ ਜਾਂਦਾ ਟਰਾਲੇ ਦੇ। ਹੁਣ ਇਹਦੀ ਜੇ ਕਿੰਗ ਪਿੰਨ ਤੁਸੀਂ ਦੇਖੋਗੇ ਅਤੇ ਬਾਹਲੀ ਪਿੱਛੇ ਆ ਗੱਬੇ ਜਿੱਥੇ ਆ ਨਟ ਜਿਹਾ ਲੱਗਾ ਆ, ਇਹਦੇ ਬਿਲਕੁਲ ਸੇਧ ਨੂੰ ਆ ਕਿੰਗ ਪਿੰਨ ਇਹਦੀ। ਹੁਣ ਜੇ ਇਹਦੀ ਕਿੰਗ ਪਿੰਨ ਦੇਖੀਏ ਆਪਾਂ, ਇਹਦੀ ਕਿੰਗ ਪਿੰਨ ਹੈਗੀ 24 ਇੰਚ 'ਤੇ, ਆ ਮੋਹਰੇ ਲੱਗੀ ਉਹ ਆ। ਇਹਦੇ ਕਰਕੇ 48 ਜਦੋਂ ਪਾਇਆ ਹੁੰਦਾ ਕਿਸੇ ਨੇ ਵੀ, ਇੱਦਾਂ ਲੱਗਦਾ ਹੁੰਦਾ ਵੀਲ ਬੇਸ ਜਿਹੜਾ ਆ, ਮਤਲਬ ਕਿ ਜੇ 48 ਪਾਇਆ ਹੁੰਦਾ ਜੀ ਆਪਾਂ ਇਸ ਵੇਲੇ, ਅਤੇ 48 ਦਾ ਮੋਹਰਲਾ ਹਿੱਸਾ ਜਿਹੜਾ ਇੱਥੇ ਆਉਣਾ ਸੀਗਾ ਇੰਸਟੈਡ ਆਫ ਇੱਥੇ, ਹੈ ਨਾ, ਉਹ ਫਿਰ ਤੁਹਾਡਾ ਟਰੱਕ ਮੋਹਰਿਓਂ ਬਹੁਤ ਜ਼ਿਆਦਾ ਲੰਬਾ ਲੱਗਣ ਲੱਗ ਪੈਂਦਾ। ਇਸੇ ਕਰਕੇ ਕਈ ਵਾਰੀ ਆਪਾਂ ਦੇਖਦੇ ਹਾਂ ਡਾਕਾ 'ਤੇ ਲੱਗਿਆ ਉਹਨੇ 48 ਪਾਇਆ ਹੁੰਦਾ ਬਾਈ ਨੇ ਕਿਸੇ ਨੇ ਮੇਰੇ ਵਰਗੇ ਨੇ, ਅਤੇ ਨਾਲ 53 ਫੁੱਟਾ ਖੜਾ ਹੁੰਦਾ, ਲੈਂਥ ਦੋਨਾਂ ਹੀ ਸੇਮ ਹੁੰਦੀ ਆ, ਕਿਉਂਕਿ ਆਪਣੇ ਜਿਹੜੇ ਆ 2 ਫੁੱਟ ਤਾਂ 5th wheel ਤੋਂ ਵੱਧ ਜਾਂਦਾ, ਉੱਤਾਂ ਮੋਹਰੇ ਫਿਰ ਟਰੱਕ ਆਪਣੇ ਵੱਡੇ ਨੇ ਲੰਬੇ ਨੇ, ਉਹਦੇ ਕਰਕੇ ਉਹ ਫਰਕ ਪੈ ਜਾਂਦਾ। ਅਤੇ ਉਹ ਕਹਿ ਲਓ ਵੀ ਜੇ ਕੈਸਕੇਡੀ ਆ ਨਾਲ ਕੋਈ ਖੜਾ ਹੋਵੇ ਤਾਂ ਆਲਮੋਸਟ ਬਰਾਬਰ ਹੀ ਆ ਜਾਂਦੇ 48 ਟਰਾਲੇ ਵਾਲੇ। ਬਾਕੀ ਹੁਣ ਮੇਨ ਗੱਲ ਇਹ ਆ ਵੀ ਰੀਫਰ ਦੋਨਾਂ ਦੇ ਵਿੱਚ ਸੇਮ ਹੈ, S600 ਪ੍ਰੈਜ਼ੀਡੈਂਟ ਰੀਫਰ ਨੇ, ਅਤੇ ਇਹਦੇ ਵਿੱਚ ਲਾਈਟਾਂ ਲੱਗੀਆਂ ਆ, ਇਹਦੇ ਵਿੱਚ ਵੀਰ 'ਚ ਆਪਣੇ ਲਾਈਟਾਂ ਨਹੀਂ ਲੱਗੀਆਂ। ਅਤੇ ਜੇ ਹੋਰ ਗੱਲ ਕਰੀਏ ਹੁਣ ਸਪਰੈਡ ਐਕਸਲ ਦੇ ਵਿੱਚ ਨਾ ਡੰਪ ਐਕਸਲ ਲਾਉਣੇ ਪੈਂਦੇ ਹੁੰਦੇ ਆ। ਡੰਪ ਐਕਸਲ ਜਿਹੜੇ ਆ ਉਹਨਾਂ ਦਾ ਕੰਮ ਕੀ ਹੁੰਦਾ, ਇੱਥੇ ਨਵੀਂ ਇੱਕ ਤਾਂ ਆਹ ਇਲੈਕਟ੍ਰੀਕਲ ਕਾਰਡ ਆ ਜਿਹੜੀ ਮੇਨ ਹੁੰਦੀ ਆ, ਆਹ ਜਿਹੜੀ ਆ ਇਹ ਆਪਣੇ ਡੰਪ ਐਕਸਲ ਯੂਜ਼ ਕਰਨ ਲਈ ਹੈਗੀ ਆ। ਇਹ ਆਪਣੇ ਟਰੱਕ ਦੇ ਵਿੱਚ ਸੈਟਅਪ ਕਰਾਉਣਾ ਪੈਂਦਾ ਹੁੰਦਾ, ਮੇਰੇ ਵਾਲੇ 'ਚ ਹੈਗਾ, ਮੈਂ ਤੁਹਾਨੂੰ ਦਿਖਾ ਵੀ ਦਿੰਦਾ। ਅਤੇ ਜਿਹੜੀ ਆਹ ਵਾਲੀ ਆਹ ਜਿਹੜਾ ਆ ਇਹ ਹੈਗਾ ਜੀ ਆਪਣਾ ਟਰਾਲੇ ਵਾਸਤੇ, ਮਤਲਬ ਕਿ ਡੰਪ ਐਕਸਲ ਡੰਪ ਕਰਨ ਲਈ। ਐਕਸਲ ਡੰਪ ਕਰਨ ਦਾ ਇਹ ਮਤਲਬ ਆ ਜਿਹੜਾ ਸਪਰੈਡ ਐਕਸਲ ਆ ਇਹ ਜੇ ਤੁਸੀਂ ਡੰਪ ਨਹੀਂ ਕਰਦੇ ਮੁੜਨ ਵੇਲੇ ਤਾਂ ਇਹ ਜਿਹੜੇ ਤੁਹਾਡੇ ਟਾਇਰਾਂ ਦੀ ਘਸਾਈ ਬਹੁਤ ਵੱਧ ਜਾਂਦੀ ਆ। ਹੁਣ ਆਪਣੇ ਵਾਲਾ ਜਿਹੜਾ ਹੈਗਾ ਆ ਆਪਣੇ ਵਾਲਾ ਕਾਹਦਾ ਹੁਣ ਤਾਂ ਬਗਾਨਾ ਹੋ ਗਿਆ, ਇਹਦੇ ਵਿੱਚ ਆਹ ਆਪਣੀ ਲਿਫਟ ਲੱਗੀ ਹੋ ਆ, ਆਹ ਜਿਹੜਾ ਏਅਰ ਬੈਗ ਜੇ ਫੁੱਲ ਜਾਂਦੇ ਆ, ਮੋਰਲਾ ਐਕਸਲ ਤਾਂ ਚੱਕਿਆ ਜਾਂਦਾ ਆ ਅਤੇ ਮਗਰਲਾ ਐਕਸਲ ਇਕੱਲਾ ਥੱਲੇ ਲੱਗਾ ਹੁੰਦਾ। ਇਹ ਹੈਗਾ ਆਪਣਾ ਇਹਦੇ ਵਿੱਚ ਡੰਪ ਲੱਗੇ ਆ ਪਰ ਮੈਨੂਅਲ ਡੰਪ ਲੱਗੇ ਨੇ, ਆਹ ਜਿਹੜਾ ਆਹ ਡੰਪ ਆ ਮੈਨੂਅਲ ਡੰਪ ਆ। ਹੁਣ ਇਹਦੇ ਵਿੱਚ ਹਵਾ ਹੈ ਨਹੀਂ ਇਸ ਵੇਲੇ ਤਾਂ ਕਰਕੇ ਮੈਨੂੰ ਲੱਗਦਾ ਵੀ ਉਹ ਡੰਪ ਆਪਣਾ ਚੱਲ ਨਹੀਂ ਰਿਹਾ। ਆਹ ਜਿਹੜਾ ਆ ਇਹ ਲਿਫਟ ਐਕਸਲ ਆ, ਇਹਨੂੰ ਇੱਦਾਂ ਕਰੋ ਲਿਫਟ ਹੋ ਜਾਂਦਾ ਆ, ਅਤੇ ਹੁਣ ਇਹ ਥੱਲੇ ਲੱਗਾ ਹਵਾ ਹੈ ਨਹੀਂ ਕੀ ਇਹ ਤਾਂ ਕਰਕੇ। ਬਾਕੀ ਇਹਦੇ ਥੱਲੇ ਵੀ ਹੈਗਾ ਆਪਣਾ ਟਾਇਰ ਰੱਖਿਆ ਆਪਾਂ ਨੇ, ਇਹ ਟਾਇਰ ਬਹੁਤ ਜ਼ਰੂਰੀ ਚਾਹੀਦਾ ਹੁੰਦਾ ਆ, ਇਹਦੇ ਥੱਲੇ ਵੀ ਟਾਇਰ ਰੱਖਿਆ। ਮੈਨੂੰ ਕਿਸੇ ਨੇ ਪੁੱਛਿਆ ਵੀ ਕਹਿੰਦਾ ਸਟੱਪਣੀ ਕਿੱਥੇ ਰੱਖਦੇ ਟਰਾਲੇ ਟਰੱਕਾਂ ਦੀ ਜੇ ਟਾਇਰ ਲੋਡ ਪੈ ਜੇ, ਵੀਰ ਆਹ ਸਟੱਪਣੀ ਰੱਖੀ ਦੀ ਆਪਾਂ, ਇਹਨੂੰ ਕਹਿ ਦਿੰਦੇ ਆਪਾਂ ਟਾਇਰ ਰੈਕ ਕਹਿ ਦਿੰਦੇ ਹਾਂ। ਅਤੇ ਇਹਦੇ ਵਿੱਚ ਇੱਕ ਟਾਇਰ ਵੀ ਆ ਜਾਂਦਾ ਆ, ਅਤੇ ਜਿੱਦਾਂ ਮੈਂ ਪਹਿਲਾਂ ਮੇਰੇ ਕੋਲ ਇੱਕ ਟਰਾਲਾ ਹੁੰਦਾ ਉਹਦੇ ਵਿੱਚ ਮੈਂ ਆਹ ਥੋੜ੍ਹਾ ਜਿਹਾ ਨਾ ਵਧਾ ਕੇ ਮਤਲਬ ਕਿ 3-3, 4-4 ਇੰਚ ਦੀਆਂ ਪੱਤੀਆਂ ਐਡ ਕਰਾ ਕੇ ਮੈਂ ਇਹਨੂੰ ਥੋੜ੍ਹਾ ਹੋਰ ਥੱਲੇ ਨੂੰ ਕੀਤਾ ਸੀਗਾ, ਅਤੇ ਉਹਦੇ ਵਿੱਚ 2 ਟਾਇਰ ਰੱਖੇ ਜਾਂਦੇ ਸੀਗੇ। ਅਤੇ ਬਾਕੀ ਹੋਰ ਕੋਈ ਇੰਨਾ ਫਰਕ ਨਹੀਂ ਹੈਗਾ ਇਹਨਾਂ ਟਰਾਲਿਆਂ ਦੇ ਵਿੱਚ, ਬਸ ਆਹੀ ਮੇਨ ਫਰਕ ਆ ਵੀ ਲੋਡ ਘੱਟ ਆਉਂਦਾ ਹੈਗਾ 48 ਦੇ ਵਿੱਚ। ਦੂਜੇ ਨੰਬਰ 'ਤੇ ਸਟੇਨਲੈਸ ਸਟੀਲ ਆ, ਸਪਰੈਡ ਐਕਸਲ ਤਾਂ ਮੈਂ ਤੁਹਾਨੂੰ ਦੱਸਤਾ ਡਿਫਰੈਂਸ, ਕਿੰਗ ਪਿੰਨ ਦਾ ਤੁਹਾਨੂੰ ਡਿਫਰੈਂਸ ਦੱਸਤਾ ਆ, ਬਾਕੀ ਤਾਂ ਸੇਮ ਪ੍ਰੋਸੀਜਰ ਆ ਬਾਬਿਓ। ਥੋੜ੍ਹਾ ਇੱਕ ਜਿਹੜਾ 48 ਆਪਣਾ ਸਪਰੈਡ ਐਕਸਲ ਜਿਹੜੇ ਆ ਇਹ ਬੈਕ ਬਹੁਤ ਔਖੇ ਲੱਗਦੇ ਆ, ਟੈਂਡਮ ਬੈਕ ਈਜ਼ੀ ਲੱਗ ਜਾਂਦੇ ਆ, ਆਹ ਬੈਕ ਬਹੁਤ ਔਖੇ ਲੱਗਦੇ ਆ। ਇਹ ਖਾਲਾ ਜੀ ਦਾ ਬਾੜਾ ਨਹੀਂ, ਇੱਕ ਵਾਰ ਮੈਂ ਨਗਾਲਸ ਫਸ ਗਿਆ ਸੀਗਾ, ਅਤੇ ਨਗਾਲਸ ਜਦੋਂ ਮੈਂ ਫਸਿਆ ਆਪਣਾ ਬਾਬਿਓ ਉਹ ਸਰਕਸ ਕੀਤੀ ਪੂਰੀ ਆਪਾਂ, ਹੈ ਨਾ, ਮਤਲਬ ਕਿ ਮੈਨੂੰ ਇੱਦਾਂ ਦੀ ਗੱਲ ਨਹੀਂ ਹੁੰਦੀ ਵੀ ਹਾਂ ਬਈ ਮੈਂ ਕੋਈ ਕਿਤੇ ਮੈਂ ਫਸ ਗਿਆ ਤਾਂ ਮੈਂ ਨਾ ਦੱਸਾਂ ਵੀ ਮੇਰੀ ਟੌਰ ਖਰਾਬ ਹੋਣੀ। ਆਪਾਂ ਗੱਲਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਗੱਲਾਂ ਆਪਾਂ ਕਰੀਦੀਆਂ ਸੱਚੀਆਂ, ਕਿਉਂਕਿ ਹਰ ਇੱਕ ਬੰਦਾ ਮਤਲਬ ਇਹਦੇ ਵਿੱਚ ਪਰਫੈਕਸ਼ਨ ਦੀ ਵੀ ਕੋਈ ਗੱਲ ਨਹੀਂ ਹੈਗੀ, ਕਿਤੇ ਡਾਕ ਹੀ ਇੱਦਾਂ ਦਾ ਆ ਜਾਂਦਾ ਵੀ ਤੁਹਾਡੇ ਤੋਂ ਕੁਛ ਕਰ ਹੀ ਨਹੀਂ ਹੁੰਦਾ ਉਹਦੇ, ਹੈ ਨਾ, ਖਿਲਾਫ਼। ਉੱਥੇ ਤਾਂ ਬਾਬਿਓ ਫਿਰ ਹੈ ਨਾ ਅੱਧਾ ਪੌਣਾ ਘੰਟਾ ਲਾਇਆ ਮੈਂ, ਮਤਲਬ ਕਿ 2 ਵਾਰ ਟਰੱਕ ਰੋਕ ਕੇ ਮੈਂ ਅਤੇ ਪਾਣੀ ਪੂਣੀ ਪੀਤਾ ਬਾਹਰ ਉਤਰ ਕੇ ਗੋਰਿਆਂ ਨਾਲ, ਉੱਥੇ ਮਤਲਬ ਕਿ 6-7 ਟਰੱਕ ਲੱਗੇ ਹੋਏ ਸੀ ਉੱਥੇ, ਅਤੇ ਸਾਰੇ ਡਰਾਈਵਰ ਬਾਹਰ ਆ ਕੇ ਮੇਰੀ ਹੈਲਪ ਕਰਾਉਣ ਡੇ ਸੀ। ਹੁਣ ਪਤਾ ਉਹਨਾਂ ਨੂੰ ਵੀ ਸੀਗਾ ਵੀ ਜੇ ਆਪਾਂ ਵੀ ਸੀਟ 'ਤੇ ਬਹਿ ਕੇ ਬੈਕ ਉਹਨਾਂ ਤੋਂ ਵੀ ਲੱਗਣਾ ਨਹੀਂ ਸੀਗਾ, ਕਿਉਂਕਿ ਜਗ੍ਹਾ ਬਹੁਤ ਘੱਟ ਸੀ ਮੂਹਰੇ, ਅਤੇ 2 ਟਰੱਕਾਂ ਦੇ ਗੱਬੇ ਲਾਉਣਾ ਸੀ। ਉਹਨਾਂ ਨੇ ਟਰੱਕ ਵੀ ਆਪਣੇ ਮੂਵ ਕਰ ਲਏ, ਟਰੱਕ ਆਪਣੇ ਮੂਵ ਕੀਤੇ, ਫਿਰ ਵੀ ਨਾ ਮਤਲਬ ਕਿ ਉਹ ਟਰੱਕ ਮੂਵ ਕਰਨ ਤੋਂ ਬਾਅਦ ਵੀ ਮਤਲਬ ਕਿ ਟਰਾਲੇ ਉਹਨਾਂ ਨੇ ਖੜ੍ਹੇ ਕਰਤੇ ਡਰਾਪ ਕਰਕੇ, ਅਤੇ ਟਰੱਕ ਮੂਵ ਕਰ ਲਏ ਸੀ। ਫਿਰ ਵੀ 15 ਮਿੰਟ ਹੋਰ ਲੱਗ ਗਏ ਆਪਾਂ ਨੂੰ, ਅਤੇ ਜੇ ਉਹ ਟਰੱਕ ਨਾ ਮੂਵ ਕਰਦੇ ਤਾਂ ਆਪਣਾ ਉਦਣ ਬੈਕ ਨਹੀਂ ਲੱਗਣਾ ਸੀਗਾ। ਮਤਲਬ ਇਹ ਸਿਆਪਾ ਇਹਦਾ ਪੈਂਦਾ, ਜੇ ਹੁੰਦਾ ਆਹ ਟੈਂਡਮ ਇਹਨੇ ਈਜ਼ੀ ਬੈਕ ਲੱਗ ਜਾਣਾ ਸੀਗਾ, ਕਿਉਂਕਿ ਇਹਦਾ ਮਗਰ ਐਕਸਲ ਲੱਗਾ ਕਰਕੇ ਨਾ
ਜਿਹੜਾ ਮਗਰ ਐਕਸਲ ਲੱਗਾ ਆ ਉਹਦੇ ਕਰਕੇ ਜਿਹੜਾ ਆਪਣਾ ਮਗਰੋਂ ਟਾਇਰ ਜਿਹੜਾ ਘੁੰਮਦਾ ਬਹੁਤ ਦੂਰ ਚਲ ਜਾਂਦਾ। ਆ ਜਦੋਂ ਇਹਨੂੰ ਆਪਾਂ ਅੱਗੇ ਐਕਸਲ ਲਾ ਕੇ ਇਹਦੀ ਮੂਵਮੈਂਟ ਵੱਧ ਜਾਂਦੀ ਆ, ਇਹਦੀ ਮੂਵਮੈਂਟ ਇੰਨੀ ਜ਼ਿਆਦਾ ਨਹੀਂ ਹੈਗੀ ਅਤੇ ਉਹਦੇ ਕਰਕੇ ਇਹ ਥੋੜ੍ਹੇ ਔਖੇ ਬੈਕ ਲੱਗਦੇ ਨੇ। ਹੋਰ ਕਿਹੜੀਆਂ ਗੱਲਾਂ ਨੇ? ਇੱਕ ਸੱਚ ਮੈਨਾਂ ਅੱਜ ਹੋਰ ਆਪਣੀ ਗੱਲ ਹੋਈ ਸੀ ਵੀਰ ਦੀ, ਉਹ ਕਹਿੰਦੇ ਵੀ CV ਬਾਰੇ ਨੌਲੇਜ ਚਾਹੀਦੀ ਆ। CV ਦੀ ਯਾਰ ਹੁਣ ਮੈਂ ਕੀ ਕਰਦਾ ਹੁੰਦਾ, CV ਦੀ ਸੈਟਿੰਗ ਜਿਹੜੀ ਆ ਮੈਨੂੰ ਇੰਨੀਆਂ ਨਾ ਸੈਟਿੰਗ ਕਰਨ ਦੀ ਨੌਲੇਜ ਨਹੀਂ ਹੈਗੀ, ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਸੈਟਿੰਗ ਕਰਦਾ ਕਿੰਨਾ ਹੁੰਦਾ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਉਹ ਵਾਹਿਗੁਰੂ, ਗਰਮੀ ਬੜੀ ਸਾਰੀ। ਓਕੇ, ਆਹ ਹੈਗਾ ਜੀ ਆਪਣਾ CV, ਦੇਖਦਾ ਨਾ ਇੱਥੋਂ ਹੁੰਦਾ ਇਹ ਔਨ, ਔਨ ਹੁੰਦਾ ਆਹ ਵੋਲੀਅਮ ਵਾਲੀ, ਔਨ ਵੀ ਇੱਥੋਂ ਹੀ ਆ, ਵੋਲੀਅਮ ਵੀ ਇੱਥੋਂ ਹੀ ਆ, ਅਤੇ ਆਹ ਹੈਗੀ ਆਪਣੀ ਲਾਈਟ ਵੱਧ ਘੱਟ ਵੱਧ ਘੱਟ। ਅਤੇ ਮੈਂ ਕੀ ਕਰਦਾ ਹੁੰਦਾ ਜੇ ਕਿਸੇ ਦੇ ਵੀ ਟਰੱਕ 'ਚ CV, ਇੱਕ 19 ਨੰਬਰ 'ਤੇ ਚੱਲਦਾ ਇਹ 19 ਨੰਬਰ 'ਤੇ, ਅਤੇ ਜੇ ਜਿੱਦਾਂ ਚਲੋ ਵੀ ਮੈਂ ਕੀ ਕਰਦਾ ਹੁੰਦਾ ਜਿੱਦਾਂ ਮੇਰੇ ਵਾਲੇ ਦੀ ਸੈਟਿੰਗ ਖਰਾਬ ਹੋ ਜਾਵੇ ਨਾ, ਜਿਨ੍ਹਾਂ ਦੇ ਵੀ ਟਰੱਕਾਂ ਦੇ ਵਿੱਚ CV ਹੈਗੇ ਨੇ ਸੈਟਿੰਗ ਖਰਾਬ ਆ, ਤੁਹਾਨੂੰ ਲੱਗਦਾ ਵੀ ਤੁਹਾਨੂੰ ਆਵਾਜ਼ ਨਹੀਂ ਸੁਣ ਰਹੀ, ਉਹਦਾ ਤਰੀਕਾ ਇਹ ਆ ਦੇਖਣ ਦਾ ਆਪਣਾ ਚੈੱਕ ਕਰਨ ਦਾ, ਜਦੋਂ ਵੀ ਤੁਹਾਨੂੰ ਕਿਤੇ ਟ੍ਰੈਫਿਕ ਪੈ ਜਾਵੇ, ਮੰਨ ਲਓ ਵੀ ਤੁਸੀਂ ਕਿਤੇ ਟ੍ਰੈਫਿਕ 'ਚ ਫਸ ਗਏ ਤੁਸੀਂ, ਹੈ ਨਾ, ਟ੍ਰੈਫਿਕ ਫਸ ਗਏ ਤੁਸੀਂ ਅਤੇ ਤੁਸੀਂ ਉਦੋਂ ਟ੍ਰੈਫਿਕ ਦੇ ਵਿੱਚ ਆਮ ਹੀ ਗੋਰਿਆਂ ਨੇ ਰੌਲਾ ਪਾਇਆ ਹੁੰਦਾ ਆ, ਕੀ ਹੋ ਗਿਆ, ਕਿੱਥੇ ਹੋ ਗਿਆ, ਕਦੋਂ ਕਦਾਈਂ ਟ੍ਰੈਫਿਕ ਤੁਰਿਆ ਕਿ ਨਹੀਂ, ਗੱਲਾਂ ਚੱਲਦੀਆਂ ਹੁੰਦੀਆਂ ਪੂਰੀਆਂ। ਉਦੋਂ ਆਪਾਂ ਨੇ ਇਹਨੂੰ ਔਨ ਕਰਕੇ ਪਹਿਲਾਂ ਤਾਂ ਆਹ ਬਟਨ ਜਿਹਾ ਘੁਮਾ ਕੇ ਜਿੱਦਾਂ ਰੇਡੀਓ ਦੀ ਫਰਕੁਐਂਸੀ ਇੰਡੀਆ 'ਤੇ ਚੈੱਕ ਕਰਦੇ ਹੁੰਦੇ, ਇੱਕ ਇਹ ਰੇਡੀਓ ਹੀ ਆ, ਮਤਲਬ ਕਿ ਰੇਡੀਓ ਜਿਹੜਾ ਹੁੰਦਾ ਉਹ ਚੈਨਲ ਦਾ ਪ੍ਰਸਾਰਣ ਕਰਦਾ ਹੁੰਦਾ ਜੀ, ਆਪਾਂ ਉਹਦੀ ਫਰਕੁਐਂਸੀ ਚੱਕਦੇ ਹੁੰਦੇ, ਇਹ ਆਪਾਂ ਆਲੇ ਦੁਆਲੇ ਦੇ ਟਰੱਕਾਂ ਦੀ ਫਰਕੁਐਂਸੀ ਚੱਕਣੀ ਹੈਗੀ 19 ਨੰਬਰ ਚੈਨਲ 'ਤੇ, ਅਤੇ ਮਤਲਬ ਕਿ ਆਹ 2-3 ਹੀ ਸੋਚ ਜਿਹਾ ਘੁਮਾ ਘੁੰਮੂ ਕੇ ਆਪ ਹੀ ਹੈ ਨਾ ਸੈਟਿੰਗ ਹੋ ਜਾਂਦੀ ਆ। ਹੁਣ ਮੈਨੂੰ ਐਵੇਂ, ਮੈਂ ਤੁਹਾਨੂੰ ਕਹਾਂ ਮੈਨੂੰ ਬਹੁਤ ਪਤਾ, ਮੈਂ ਤਾਂ ਜਿੰਨੀ ਵਾਰੀ ਵੀ ਬਾਬੇ ਉਹ ਸੈਟਿੰਗ ਮੇਰੇ ਵਾਲੇ ਦੀ ਖਰਾਬ ਹੁੰਦੀ ਆ, ਮੈਂ ਇਹਦੀ ਸੈਟਿੰਗ ਇੱਦਾਂ ਹੀ ਕਰਦਾ, ਮੈਂ ਟ੍ਰੈਫਿਕ ਜਦੋਂ ਵੀ ਲੱਗਦਾ ਆ ਮੈਨੂੰ ਪਤਾ ਵੀ ਗੁਰੇ ਨੇ ਰੌਲਾ ਪਾਉਣਾ ਹੀ ਹੁੰਦਾ। ਅਤੇ ਚਲੋ ਵਧੀਆ ਗੱਲ ਆ, ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ, ਆਪਾਂ ਨੂੰ ਵੀ ਇਨਫੋਰਮੇਸ਼ਨ ਮਿਲਦੀ। ਹੁਣ ਤੁਸੀਂ ਦੇਖ ਹੀ ਲਿਆ ਵੀ ਜੇ ਮੈਨੂੰ ਉਹ ਗੋਰਾ ਨਾ ਦੱਸ ਕੇ ਜਾਂਦਾ ਵੀ ਮੋਹਰੇ ਟ੍ਰੈਫਿਕ ਲੱਗਾ 8 ਮੀਲ ਦਾ, ਆਪਾਂ ਫਸ ਗਏ ਸੀ ਨਾ, ਮੈਂ ਜਾ ਕੇ ਉੱਥੇ ਸੜਕ 'ਤੇ ਖੜਾ ਰਹਿਣਾ ਸੀਗਾ ਜਿੱਦਾਂ ਉਹ ਟਰੱਕਾਂ ਵਾਲੇ ਸ਼ੋਲਡਰਾਂ 'ਤੇ ਲਾ ਕੇ ਸੁੱਤੇ, ਕਿੰਨਾ ਖਤਰਨਾਕ ਕੰਮ ਆ ਨਾ, ਸ਼ੋਲਡਰ 'ਤੇ ਲਾ ਕੇ ਸੋਣਾ ਕੋਈ ਖਾਲਾ ਜੀ ਦਵਾੜਾ ਨਹੀਂ ਆ, ਅਤੇ ਉੱਦਾਂ ਹੀ ਆਪਾਂ ਨੂੰ ਕਰਨੀ ਪੈਣੀ ਸੀ। ਇਸ ਕਰਕੇ ਜਿਹੜਾ CV ਆ ਨਾ ਇਹ ਜ਼ਰੂਰ, ਹੁਣ ਜਦੋਂ ਮੋਹਰੇ ਮਤਲਬ ਸੈਟਿੰਗ ਇਹਦੀ ਇੱਦਾਂ ਆ ਵੀ ਜਦੋਂ ਟ੍ਰੈਫਿਕ ਲੱਗਦਾ ਜਾਂ ਕਿਤੇ ਟਰੱਕ ਸਟਾਪ 'ਤੇ ਆ ਅਤੇ ਉੱਥੇ ਜਾ ਕੇ ਅਤੇ ਆਪਣਾ ਤੁਸੀਂ ਟਰਾਈ ਕਰੋ ਬਈ ਉੱਥੇ ਜਾ ਕੇ ਤੁਸੀਂ ਜਦੋਂ ਵੀ ਗੱਲ ਬੰਦੇ ਕਰਨ ਡੇ ਆ ਅਤੇ ਤੁਸੀਂ ਸੈਟਿੰਗ ਕਰ ਲਓ ਆਪਣੇ ਟਰਾਲੇ ਦੀ ਰਿਸੀਵ ਦੀ। ਆਪਣਾ ਹੋ ਗਿਆ ਬਾਬੇ ਕੈਮਰਾ ਗਰਮ, ਆਹ ਟੈਂਪਰੇਚਰ ਹੈਗਾ ਬਹੁਤ 101 ਡਿਗਰੀ, ਕੈਮਰਾ ਹੋ ਗਿਆ ਗਰਮ ਅਤੇ ਹੋ ਗਿਆ ਬੰਦ। ਮੈਂ ਕਿਹਾ ਲੈ ਪੈ ਗਿਆ ਸਿਆਪਾ, ਮੈਂ 15-20 ਮਿੰਟ ਹੋ ਗਏ ਬਰੋਲਾ ਪਾਉਂਦੇ ਨੂੰ, ਮੈਂ ਕਿਹਾ ਜੇ ਹੁਣ ਵੀਡੀਓ ਸੇਵ ਨਾ ਨਾ ਹੋਈ ਤਾਂ ਮੈਂ ਕਿਹਾ ਮੁੜ ਕੇ ਸਾਲਾ ਬਣਾਉਣ ਨੂੰ ਦਿਲ ਨਹੀਂ ਕਰਨਾ। ਆਹ ਹੁਣ ਜੇ ਆਪਾਂ ਤੁਹਾਨੂੰ ਦੱਸੀਏ ਬਾਬੇ, ਇਹ ਹੈਗੀਆਂ ਆਪਣੀਆਂ ਪੁਰਾਣੀਆਂ ਯਾਦਾਂ, ਪੁਰਾਣੀ ਗੱਡੀ ਦੀਆਂ ਟਰੈਕ ਹੋਕ ਦੀਆਂ ਅਤੇ SRT ਦੀਆਂ, ਇਹ ਮੇਰੇ ਕੋਲ ਪਲੇਟਾਂ ਵੀ ਇਹੀ ਹੁੰਦੀਆਂ ਅਤੇ ਆਪਾਂ ਆਹ ਬਣਾ ਕੇ ਲਾਇਆ ਸੀਗਾ SRT ਉੱਤੇ ਟਰੈਕ ਹੋਕ, ਜਿਹੜੀ ਕਹਿੰਦੇ ਕਹਾਉਂਦੇ ਬੰਦਿਆਂ ਦੀ ਸੜਕਾਂ 'ਤੇ ਲੱਛੀ ਕਰ ਦਿੰਦੇ ਜੀ ਵੀਰੇ, ਲੱਛੀ ਲੱਸੀ ਪੀਤੀ ਸੀ ਲੱਸੀ। ਅਤੇ ਮੈਂ ਆਹ ਇੱਕ ਡੈਸ਼ ਕੈਮ ਜਿਹੜਾ ਬਾਬੇ ਆਪਾਂ ਨੇ ਜੀਪ 'ਤੇ ਵੀ ਲਾਇਆ ਡੈਸ਼ ਕੈਮ, ਕਿਉਂਕਿ ਜਾਂਦਾ ਹੈਗੀ ਕਰੇਜੀ 4 ਹੀ ਆ ਜਾਂਦਾ ਦਾ ਕੰਮ, ਅਤੇ ਇਸ ਕਰਕੇ ਨਾ ਡੈਸ਼ ਕੈਮ ਜਿਹੜਾ ਆ ਬਹੁਤ ਜ਼ਰੂਰੀ ਆ। ਟਰੱਕਾਂ ਦੇ ਵਿੱਚ ਤਾਂ ਲਾਈਫ ਸੇਵਰ ਆ ਬਾਬੇ, ਲਾਈਫ ਸੇਵਰ, ਟਰੱਕਾਂ ਦੇ ਵਿੱਚ ਤਾਂ ਤੁਹਾਨੂੰ ਇਹ ਲਵਾਉਣਾ ਚਾਹੀਦਾ ਹੀ ਚਾਹੀਦਾ, ਅਤੇ ਗੱਡੀਆਂ 'ਚ ਵੀ ਲਾਓ, ਬਹੁਤੇ ਮਹਿੰਗੇ ਵੀ ਨਹੀਂ ਹੋ ਪਰ ਵਰਥ ਇਟ ਬ੍ਰੋ, ਬਸ ਹੈ ਨਾ। ਸੋ ਅੱਜ ਹੁਣ ਫਿਰ ਤੁਸੀਂ ਬਾਬਾ ਦੇਖ ਲਾ ਵੀ ਯਾਰ ਦੋਨਾਂ ਟਰਾਲਿਆਂ ਦਾ ਫਰਕ ਕੀ ਆ, ਅਤੇ ਮੈਂ ਕਹਿੰਦਾ ਹੁਣ ਆਪਾਂ ਚਲੀਏ ਘਰ ਨੂੰ ਕਿਉਂਕਿ ਗਰਮੀ ਹੈਗੀ ਬਹੁਤ। ਜਗ੍ਹਾ ਵੀ ਮਿੱਤਰ ਤੁਹਾਨੂੰ ਸ਼ਾਮ ਨੂੰ ਮਿਲਦਾ, ਅਤੇ ਲੋਡ ਵੀ ਲੋ ਜਾਣਾ ਰਾਤ ਨੂੰ 12-1 ਵਜੇ ਦੀ ਅਪੁਆਇੰਟਮੈਂਟ ਆ ਮੇਰੀ। ਲੈ ਤਾਂ ਮੇਰੇ ਨਾਲ ਦੇ ਰੰਗ ਤਾਂ ਬਾਈ ਨੇ ਸੈਂਚਰੀ ਖੜਾਇਆ ਪਿਆ ਇੱਥੇ, ਚੰਗਾ ਵੇ 48 ਆ। ਇਹ ਵੀ ਗਾਣਾ ਗਾਉਂਦਾ ਹੋਣਾ, ਅਸਾਂ ਹੁਣ ਤੁਰ ਜਾਣਾ ਵੀ, ਦਿਨ ਰਹਿ ਗਏ ਨੇ ਥੋੜ੍ਹੇ ਹੈਂ, ਚੱਲ ਕੋਈ ਨਹੀਂ ਕਾਕਾ ਨਵੇਂ ਘਰ ਜਾਓ ਨਜ਼ਾਰੇ ਲਓ। ਹਾਂ ਤੈਨੂੰ ਮਿਲਦਾ ਮਤਰਾ ਮੁੜ ਕੇ ਆ ਕੇ ਮੈਂ,
ਤੇ ਫਿਰ ਮਾਰਦੇ ਆਪਾਂ ਗੱਲਾਂ ਲਾ ਕੇ ਉਹਨੇ ਲੋਡ ਕਹਿੰਦਾ ਫਿਰ ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ ਆਹ ਹੁਣ ਮੈਂ ਤੁਹਾਨੂੰ ਆਪਣੇ ਪਿੰਡ ਦੀਆਂ ਥੋੜ੍ਹੀਆਂ ਸੜਕਾਂ ਦਿਖਾ ਦਿੰਦਾ ਇੱਧਰ ਆਹ ਯਾਰਡ ਵਾਲਾ ਅੰਕਲ ਇਹ ਚੰਗਾ ਬੰਦਾ ਤਾਂ ਕਰਕੇ ਆਉਂਦੇ ਜਾਂਦੇ ਬੁਲਾਉਂਦੇ ਰਹੀਦਾ ਇਹਨਾਂ ਦੀ ਜੰਕ ਯਾਰਡ ਖੜਾ ਪੁਰਾਣਾ ਸਮਾਨ ਆਹ ਮਹਿੰਦਰਾ ਖੜਾ ਮੈਨੂੰ ਲੱਗਦਾ ਇੱਧਰ ਉਹ ਉੱਤੇ ਵੀ ਉਹ ਮਿੱਟੀ ਪੱਟਣ ਵਾਲਾ ਜਿਹੜਾ ਰੱਖਿਆ ਆ ਇੱਧਰ ਬੜਾ ਤਕੜਾ ਜੰਕ ਯਾਰਡ ਪੁਰਾਣੀਆਂ ਪੁਰਾਣੀਆਂ ਗੱਡੀਆਂ ਖੜੀਆਂ ਇਹਨਾਂ ਕੋਲ ਆਹ ਮੀਟਰ ਟੋ ਮੀਟਰ ਖੜਾ ਜਿਹਨੇ ਕਾਰਜ ਮੂਵੀ ਦੇਖੀ ਉਹਨੂੰ ਪਤਾ ਹੋਣਾ ਟੋ ਮੀਟਰ ਕੌਣ ਆ ਅਤੇ ਇੱਧਰ ਆ ਟਰੱਕ ਖੜੇ ਆ ਦੋ ਮੂਹਰੇ ਪਾਸੇ ਇੱਕ ਇੱਕ ਟਾਇਰ ਵਾਲੇ ਉਹ ਪਰਲੇ ਦੇ ਦੋ ਆ ਇਹਦੇ ਇੱਕ ਇਹਦਾ ਇੱਕ ਆ ਇਹ ਟੈਂਪੂ ਟਾਈਪ ਟਰੈਕਟਰ ਲੱਗਦੇ ਇਹ ਇੱਧਰ ਨੂੰ ਇੱਧਰ ਆ ਭੈਣ ਟਾਕੋ ਟਰੱਕ ਲੱਗਾ ਆ ਇਹ ਵੀ ਬਿਜੀ ਹੁੰਦੇ ਸਾਰੇ ਟਾਕੋ ਟਰੱਕ ਵਾਲੇ ਇਹਨਾਂ ਦਾ ਕੰਮ ਮੈਨੂੰ ਲੱਗਦਾ ਵਧੀਆ ਚੱਲਦਾ ਲੱਗਦਾ ਪਹਿਲਾਂ ਨਹੀਂ ਖੜਦੇ ਹੁਣੇ ਹੀ ਖੜਨ ਲੱਗੇ ਇਹ ਇੱਧਰ ਆਪਣਾ ਆ ਇੰਟਰਪ੍ਰਾਈਜ਼ ਰੈਂਟਲ ਵਾਲੇ ਆ ਇੱਥੇ ਆਪਣੀ ਆਹ ਰੇਲ ਗੱਡੀ ਆਉਂਦੀ ਹੁੰਦੀ ਆ ਇਹ ਕਈ ਵਾਰੀ ਸਾਡੇ ਇੱਥੇ ਲਿਆ ਕੇ ਖੜਾ ਦਿੰਦੇ ਆ ਗੱਡੀਆਂ ਗੁੱਡੀਆਂ ਦੀਆਂ ਲਾਈਨਾਂ ਲਵਾਉਂਦੇ ਆ ਰੇਲ ਗੱਡੀ ਇੱਥੇ ਆਉਂਦੀ ਆ ਉਹ ਖੜਾ ਇੱਕ ਟੈਂਕਰ ਜਿਹਾ ਇਹ ਚੰਗਾ ਕਈ ਵਾਰੀ ਕੁੱਤਖਾਨਾ ਕਰਾਉਂਦੇ ਇੱਥੇ ਲੋਕ ਫਿਰ ਗਾਲਾਂ ਹੀ ਕੱਢਦੇ ਹੁੰਦੇ ਇਹਨਾਂ ਨੂੰ ਵੀ ਸਾਰੇ ਲੈ ਜਾਓ ਹੁਣ ਲੈ ਜਾਓ ਯਾਰਡ ਤੋਂ ਆਪਣਾ ਘਰ ਬਹੁਤਾ ਦੂਰ ਨਹੀਂ ਆਪਣੇ ਘਰ ਦਾ ਯਾਰਡ ਤੋਂ ਸਫ਼ਰ ਹੈਗਾ ਆ ਗੱਡੀ ਦੇ ਵਿੱਚ ਲਾਈਕ ਜੇ ਲਾਈਟਾਂ ਲੂਟਾਂ ਰੈਂਟ ਨਾ ਮਿਲਣ 30 ਸੈਕਿੰਡ ਦਾ 30 ਨਹੀਂ ਤਾਂ ਚਲੋ ਮਿੰਟ ਲਾ ਲਓ 30 ਮੈਂ ਜ਼ਿਆਦਾ ਗੱਪ ਮਾਰ ਗਿਆ ਮਿੰਟ ਦਾ ਹੀ ਆ ਸਫ਼ਰ ਬਹੁਤਾ ਮਤਲਬ ਕਿ ਟਾਈਮ ਲੱਗਦਾ ਨਹੀਂ ਘਰ ਦਾ ਹੀ ਆਹ ਜਿਹੜਾ ਆਉਣਾ ਜਿੱਥੇ ਟਰਾਲਾ ਜਿਹਾ ਖੜਾ ਆ ਉੱਥੋਂ ਆਪਾਂ ਨੇ ਮਾਰਨਾ ਰਾਈਟ ਰਾਈਟ ਮਾਰ ਕੇ ਤਾਂ ਮੂਹਰੇ ਆਪਣਾ ਘਰ ਆ ਗੱਡੀ ਵਾਲਾ ਭੈਣ ਤੁਸੀਂ ਨਾ ਕੀ ਕਾਢ ਆ ਹੁਣ ਤਾਂ ਜਿਹੜਾ ਤੇਰੇ ਮੂਹਰੇ ਆਊ ਮੈਂ ਇੱਥੇ ਟਾਕੋ ਟਰੱਕ ਬਹੁਤ ਹੈ ਕੈਲੀਫੋਰਨੀਆ ਦੇ ਵਿੱਚ ਜਿਹੜਾ ਇੰਡੀਆ 'ਚ ਰੇਹੜੀਆਂ ਲੱਗੀਆਂ ਹੁੰਦੀਆਂ ਇਹਦੇ ਦਿਨਾਂ ਵੀ ਰੇਹੜੀ ਲੱਗੀ ਹੋ ਆਪਣੀ ਟਾਕੋਆਂ ਦੀ ਮਿੱਟੀ ਕਿਹੜਾ ਬੋਲ ਹੈ ਟਾਕੋ ਟਰੱਕ ਆਪਾਂ ਇਹਨੂੰ ਕਹਿ ਦੀਦਾ ਮੈਨੂੰ ਕਈ ਬਾਈ ਕਹਿੰਦੇ ਆ ਟਰੱਕ ਨੂੰ ਕਹਿੰਦੇ ਵੀ ਇੰਡੀਆ ਦੇ ਹੋਰਨ ਲਵਾਓ ਬੀਬਨੀਆਂ ਜਿਹੜੇ ਇੰਡੀਆ 'ਚ ਪ੍ਰੈਸ਼ਰ ਹੋਰਨ ਚੱਲਦੇ ਆ ਬਾਬੇ ਉਹ ਤਾਂ ਨਹੀਂ ਲਵਾਉਣੇ ਇੱਥੇ ਟਾਕੋ ਟਰੱਕਾਂ ਨੂੰ ਲੱਗੇ ਹੋਊ ਆ ਥੋੜ੍ਹਾ ਮਾਰ ਦਿਓ ਹੋਰਨ ਤਾਂ ਟਾਕੋ ਟਰੱਕਾਂ ਵਾਲੀ ਫੀਲਿੰਗ ਆਉਂਦੀ ਆ ਇਸ ਕਰਕੇ ਨਾਲੇ ਹੋਰ ਆਵਾਜ਼ ਲੰਘ ਗਿਆ ਬਾਬੇ ਉਹਨਾਂ ਦਾ ਚਾਅ ਹੁੰਦਾ ਕਿ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਮੈਂ 579 ਲਵਾਏ ਹੁੰਦੇ 2015 'ਚ ਉਦੋਂ ਕੁ ਟਾਈਮ ਸੀਗਾ ਉਹਨਾਂ ਦਾ ਅੱਜ ਕੱਲ੍ਹ ਬਾਬੇ ਟਾਈਮ ਲੰਘ ਗਿਆ ਉਹਨਾਂ ਦਾ ਅਤੇ ਨਾਲੇ ਹੁਣ ਟਾਕੋ ਟਰੱਕਾਂ ਨੂੰ ਲਾਇਆ ਫਿਰ ਫੀਲਿੰਗ ਗਲਤ ਆਉਂਦੀ ਆ ਟਰੱਕ ਤਿਆਰ ਕਰਕੇ ਹੈ ਅੱਛਾ ਜੀ ਟਰੱਕ ਤਿਆਰ ਕਰਕੇ ਅਤੇ ਆਪਣਾ ਮੁੜ ਕੇ ਉੱਤੇ ਲਵਾ ਦਈਏ ਹੋਰਨ ਅਤੇ ਫਿਰ ਫੀਲਿੰਗ ਆਉਣੀ ਵੀ ਟਾਕੋ ਟਰੱਕ ਆ ਗਿਆ ਵੀ ਟਾਕੋ ਲੈ ਲਓ ਉਹਨੂੰ ਹੁਣ ਆਪਾਂ ਟਾਕੋ ਟਰੱਕ ਨਹੀਂ ਨਾ ਬਣਾਉਣਾ ਤਾਂ ਕਰਕੇ ਆਪਾਂ ਲਾਈਦੇ ਨਹੀਂ ਕਹਿ ਲਓ ਮਿੱਤਰੋ ਕਹਿੰਦੇ ਨੇ ਹੁੰਦਾ ਯੋਰਾਂ ਵਾਲੇ ਲੈ ਨਹੀਂ ਚੱਲੇ ਬੀਬੀਆਂ ਗਾਣੇ ਗਾਉਂਦੀਆਂ ਹੁੰਦੀਆਂ ਵਿਆਹਾਂ ਤੇ ਜਿੱਦਾਂ ਉਹ ਚ ਅੰਗਰੇਜ਼ ਮੂਵੀ 'ਚ ਗਾਉਂਦੀਆਂ ਹੁੰਦੀਆਂ ਜੋਰਾਂ ਬਾਰੇ ਲੈ ਨਹੀਂ ਚੱਲੇ ਆਹ ਵੀ ਲੈ ਚੱਲੇ ਵੀ ਜੋਰਾਂ ਵਾਲੇ 48 ਨੂੰ ਚਲੋ ਕੋਈ ਨਹੀਂ ਇਹ ਜਾਊਗਾ ਅਤੇ ਨਵਾਂ ਆਊਗਾ ਇਹ ਤਾਂ ਬਾਬੇ ਚੱਲਦਾ ਹੀ ਰਹਿੰਦਾ ਆਉਣ ਜਾਣ ਲੱਗਾ ਹੀ ਰਹੇ ਵਧੀਆ ਮੈਂ ਦੇਖਣ ਡਿਆ ਇੱਥੇ ਵੀ ਆਪਣਾ ਕਿਉਂਕਿ ਮੇਰੇ ਵਾਲਾ ਟਰੱਕ ਥੋੜ੍ਹਾ ਉੱਚਾ ਹੈ ਤਾਂ ਮੈਂ ਚੈੱਕ ਕਰਨ ਡਿਆ ਸੀਗਾ ਵੀ 5th ਵੀਲ ਜਿਹੜਾ ਚੰਗੀ ਤਰ੍ਹਾਂ ਥੱਲੇ ਆ ਜਾਵੇ ਨਾ ਕਿਉਂਕਿ ਕਈ ਵਾਰ ਕੀ ਹੁੰਦਾ ਟਰੱਕ ਥੋੜ੍ਹਾ ਨੀਵਾਂ ਰਹਿ ਜਾਂਦਾ ਮਗਰੋਂ ਟਰਾਲਾ ਜ਼ਿਆਦਾ ਉੱਚਾ ਹੁੰਦਾ ਚੰਗਾ ਵੀ ਮਿੱਤਰਾ 48 ਰੱਬ ਰੱਖਾ ਤੈਨੂੰ ਵੀ ਹਲੇ ਆਪਣਾ ਮਗਰ ਸਟਿੱਕਰ ਲੱਗਾ ਗਿਆ ਬੇਕਰੀ ਗਜੈਟ ਵਾਲਾ ਫੋਰਟੀ 8 ਗਿਆ ਬਾਬੇ ਉਹ ਅੱਜ ਅਤੇ
ਹੁਣ ਬੱਬਾ ਸੁੱਖ ਰੱਖੇ ਅਤੇ ਆਪਾਂ ਲਿਆਵਾਂਗੇ 53 ਫੱਟਾ ਸਟੇਨਲੈਸ ਸਟੀਲ ਚਿਕਨ ਅਪੀਲ। ਹੁਣ ਮੈਂ ਵਾਰ ਵਾਰ ਨਹੀਂ ਕਹੂ ਗੱਲ ਕਹਿਣੀ, ਆਪਾਂ ਚਿਕਨ ਹੀ ਕਹਿਣਾ ਇੱਥੇ। ਮੈਂ ਬਾਈ ਨੂੰ ਕਿਹਾ ਸੀਗਾ, ਮੁੰਡੇ ਦੋ ਕੁ ਕਹਿੰਦੇ ਸੀਗੇ ਵੀ ਹੋਰਨ ਜ਼ਰੂਰ ਮਾਰਿਆ ਕਰੋ। ਮੈਂ ਬਾਈ ਨੂੰ ਕਿਹਾ ਸੀ, ਮੈਂ ਕਿਹਾ ਵੀਰ ਮੈਂ ਹੋਰਨ ਮਾਰਦੀ, ਮੈਂ ਕਿਹਾ ਜਾਣ ਲੱਗਾ ਇੱਕ ਵਾਰ ਅਤੇ ਤਾਂ ਵੇਟ ਕਰਨ ਡਿਆ ਮੈਂ, ਤਾਂ ਕਰਕੇ ਮੈਂ ਕਿਹਾ ਚੱਲ ਬਾਈ ਹੋਰਨ ਮਾਰੂਗਾ, ਚਲੋ ਐਂਡ 'ਚ ਵਧੀਆ ਜੀ ਫੀਲਿੰਗ ਆ ਜਾਂਦੀ ਆ। ਚੰਗਾ ਜੀ, ਰੱਬ ਰਾਖਾ। ਕਿੱਦਾਂ ਵੇਲੀਓ, ਕੀ ਹਾਲ ਚਾਲ? ਸੋ ਬਾਬੇ, ਤੁਸੀਂ ਮੇਰਾ ਟਰੱਕ ਤਾਂ ਬਹੁਤ ਵਾਰੀ ਦੇਖਿਆ, ਅੱਜ ਹੁਣ ਮੈਂ ਤੁਹਾਨੂੰ ਉਹ ਟਰੱਕ ਦਿਖਾਉਣਾ ਜਿਹੜੇ ਟਰੱਕ ਮੈਨੂੰ ਪਸੰਦ ਨੇ।